हाँ जी सत श्रीकाल सारे वेलकम टू तो इंजीनियर्स करे पेंट प्लेटफॉर्म मेरा नाम गुरविंदर सो इंपोर्टेंट न्यूज़ है सरप्राइजिंग uh, भी है ऑलदो uh, तो कि सारे नु इस चीज़ के बारे पता है कि भी और इक्की जनवरी एग्जाम डिकलेयर हो गया एडवर्टीजमेंट छे का भी तारीख को एडवर्टिजमेंट दस का इक्की तारीख को एग्जाम है जूनियर इंजीनियर का सिविल एंड इलैक्ट्रीकल ब्रांचिज देखो हूँ प्रॉब्लम क्या हो रही है कि सरप्राइज में क्यों वर्ड यूज़ करे क्योंकि एक्सपैक्टिड सर मार्च अप्रैल ਜੋ ਰਿਸੋਰਸਿਸ ਤੁਹਾਨੂੰ ਪਤਾ ਲੱਗਿਆ ਸੀਗਾ ਲੇਕਿਨ ਰੀਜ਼ਨ ਕੀ ਹੈ ਵੀ ਕਿ ਜਨਵਰੀ ਦਾ ਇਸ ਹੋਂ ਦਾ ਜੋ ਮੈਂ ਫਿਰਸਤਾ ਹੀ ਪਤਾ ਕਰਿਆ ਕਿ ਇਹ ਕਿਉਂ ਹੈ ਕਿਉਂਕਿ ਪਹਿਲਾਂ ਬਹੁਤ ਐਗਜ਼ਾਮ ਤੁਹਾਡੇ ਪੈਂਡਿੰਗ ਪਏ ਸੀਗੇ ਇੱਕਦਮ ਕਿਉਂ ਐਗਜ਼ਾਮ ਹੋਇਆ ਇਸ ਦੇ ਪਿੱਛੇ ਸਿਰਫ ਸਿਰਫ ਇੱਕੋ ਰੀਜ਼ਨ ਉਹ ਦੱਸ ਰਹੇ ਹਨ ਕਿ ਜਿਹੜੇ ਡਿਪਾਰਟਮੈਂਟ ਦਾ ਇਹ ਰਿਕਰੂਟਮੈਂਟ ਸੀਗਾ ਜੂਨੀਅਰ ਇੰਜੀਨੀਅਰ ਦਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਇਸ ਰਿਕਰੂਟਮੈਂਟ ਨੂੰ ਲੈ ਕੇ ਕਿ ਇਸ ਨੂੰ ਜਲਦੀ ਕਰਵਾਇਆ ਜਾਏ ਕਿਉਂਕਿ ਡਿਪਾਰਟਮੈਂਟਸ ਨੂੰ ਬਹੁਤ ਜਲਦੀ ਰਿਕੁਆਇਰਮੈਂਟ ਹੈ ਆ ਰਿਕਰੂਟਮੈਂਟ ਨੂੰ ਲੈ ਕੇ ਮਤਲਬ ਜੂਨੀਅਰ ਇੰਜੀਨੀਅਰ ਦਾ ਬਹੁਤ ਜ਼ਿਆਦਾ ਰਿਕੁਆਇਰਮੈਂਟ ਡਿਪਾਰਟਮੈਂਟ ਨੂੰ ਤੇ ਵੀ ਤੁਸੀਂ ਐਕਸਪੈਕਟ ਕਰਕੇ ਚੱਲੋ ਕਿ ਅਗਰ ਵੀਕ ਕੀ ਜਨਵਰੀ ਨੂੰ ਤੁਹਾਡਾ ਐਗਜ਼ਾਮ ਹੁੰਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਫਰਵਰੀ ਮਾਰਚ ਤੱਕ ਤੁਹਾਡਾ ਬੜੇ इजीली ਜੁਆਇਨ ਜੁਆਇਨਿੰਗ ਵੀ ਆ ਜਾਏਗਾ ਤਾਂ ਬਹੁਤ ਅੱਛੀ ਚੀਜ਼ ਵੀ ਹੈ ਅਗਰ ਇਸ ਪੁਆਇੰਟ ਨੂੰ ਵੀ ਨਾਲ ਦੇਖਿਆ ਜਾਏ ਆਦਰਵਾਇਜ਼ ਐਗਜ਼ਾਮ ਲਟਕ ਜਾਂਦੇ ਸੀਗੇ ਕਦ ਕਦੋ ਨੋਟੀਫਿਕੇਸ਼ਨ ਕਦੋ ਉਸ ਦਾ ਰਿਜ਼ਲਟ ਆ ਰਿਹਾ ਹੈ ਕਦੋ ਉਸ ਦਾ ਜੁਆਇਨਿੰਗ ਆ ਰਿਹਾ ਹੈ ਮਤਲਬ ਬਹੁਤ ਜ਼ਿਆਦਾ ਡਿਲੇ ਹੋ ਜਾਂਦੀ ਸੀ ਚੀਜ਼ਾਂ ਤਾਂ ਇੱਕ ਪਾਸੇ ਤੋਂ ਇਹ ਅੱ ਚਾਹੇ ਉਹ ਆਪਣੇ ਕੋਲ ਸਟੂਡੈਂਟ ਸਟੱਡੀ ਕਰ ਰਹੇ ਹੈ ਚਾਹੇ ਆਪਣੇ ਕੋਲ ਨਹੀਂ ਕਰ ਰਹੇ ਹੈ ਦੋਨੋਂ ਪੁਆਇੰਟ ਉਪਰ ਨਾਲ ਆਪਾਂ ਡਿਸਕਸ ਕਰਦੇ ਹਾਂ ਔਰ ਚੀਜ਼ਾਂ ਨੂੰ ਆਪਾਂ ਨੇ ਬਹੁਤ ਸਿੰਪਲ ਰੱਖਣਾ ਹੈ ਦੇਖੋ ਕਦੇ ਵੀ ਪ੍ਰੋਬਲਮ ਆਂਦੀ ਹੈ ਨਾ ਲਾਈਫ ਦੇ ਵਿੱਚ ਮੈਂ ਤੁਹਾਨੂੰ ਇੱਕ ਬੜੀ ਸਿੰਪਲ ਜੀ ਥਿਊਰੀ ਦਿੰਦਾ ਜੋ ਮੈਂ ਫੋਲੋ ਕਰਦਾ ਕਦੇ ਵੀ ਤੁਹਾਨੂੰ ਲਾਈਫ 'ਚ ਪ੍ਰੋਬਲਮ ਆਂਦੀ ਹੈ ਨਾ ਪਹਿਲਾਂ ਤਾਂ ਉਸ ਟਾਈਮ ਤੇ ਆਪਾਂ ਨੇ ਹੜਬੜਾਣਾ ਹੜਬੜਾੜ ਨਹੀਂ ਕਰਨੀ ਹੈ ਘਬਰਾਣਾ ਨਹੀਂ ਹੈ ਬਿਲਕੁਲ ਵੀ ਬਹੁਤ ਪੇਸ਼ੈਂਸ ਰੱਖਣੀ ਹੈ ਕਾਮਨੈਸ ਰੱਖਣੀ ਹੈ ਬਹੁਤ ਜ਼ਿਆਦਾ ਔਰ ਸੋਚਣਾ ਹੈ ਸੋਚਣਾ ਹੈ कि मेरे को टाइम बचे है क्योंकि देखो वीक ही है अगर जाएगा नहीं जाएगा पता नहीं उसके बारे सोचना भी नहीं चाहिए प्लैनिंग करो हूँ बई जो डेट आ गई है वीक की रफली मेरे ख्याल फोर्टी फाइव डेज़ बैठने हैं इस दिल हूँ प्लैनिंग आपने करनी है कि सर हूँ आप नैक्स स्टैप क्या करिए अखा बंद करके आराम पहला घंटा दो घंटा सोचो कि यार हूँ फोर्टी फाइव डेज में मैं यूटिलाइज किमें करना है मैं तुम्हें बड़ी सिंपल जी थ्योरी देवगा कि किमें अगले फोर्टाइव डेज यूटिलाइज कर सदते हो सो दैट कि तुम इस एग्जाम तो मैक्सीम को ਸਿੰਪਲ ਜਿਹੀ ਚੀਜ਼ ਅੱਜ 9 ਤੋਂ 8 ਤਾਰੀਖ ਹੈ 8 ਦਸੰਬਰ ਹੈ ਟਰਾਈ ਕਰੋ 31 ਦਸੰਬਰ ਤੱਕ ਤੁਹਾਡਾ ਜਿੰਨਾ ਵੀ ਥਿਓਰੀਟੀਕਲ ਪਾਰਟ ਬਚਿਆ ਹੈ ਜਿੰਨਾ ਵੀ ਥਿਉਰੈਟਿਕਲ ਪਾਰਟ ਬਚਿਆ ਉਸ ਨੂੰ ਟੋਟਲੀ ਕੰਪਲੀਟ ਕਰਨ ਦਾ ਮਤਲਬ ਮੈਂ 31 ਦਸੰਬਰ ਐਂਡ ਬੋਲ ਰਿਹਾ ਮੈਂ ਇਹ ਨਹੀਂ ਆ ਕਿ ਤੁਸੀਂ 31 ਦਸੰਬਰ ਤੱਕ ਲੈ ਕੇ ਜਾਣਾ ਅਸੀਂ ਵੀ ਟਾਰਗੇਟ ਕਰ ਰਹੇ ਹਾਂ ਕਿ ਜਿੰਨਾ ਸਾਡਾ ਕੰਟੈਂਟ ਬਚਿਆ ਜਿੰਨਾ ਆਪਣਾ ਸਿਲੇਬਸ ਬਚਿਆ ਉਸ ਨੂੰ 31 ਦਸੰਬਰ ਤੱਕ ਕੰਪਲੀਟ ਕਰ ਦਿੰਗੇ ਕਿਉਂਕਿ ਇੱਕ ਵਾਰ ਅਗਰ ਥਿਉਰੀ ਦਿਮਾਗ ਚੋਂ ਨਿਕਲ ਗਈ ਨਾ ਤਾਂ ਆਪਾਂ ਜਦੋਂ ਫਿਰ ਕੁਐਸਚਨਸ ਪ੍ਰੈਕਟਿਸ ਕਰਨ ਲੱਗਦੇ ਹਾਂ ਨਾ ਤਾਂ ਫਿਰ ਦਿਮਾਗ ਚ ਇਹ ਥਾਟ ਨਹੀਂ ਆਉਂਦਾ ਹੈਗਾ ਕਿ ਇਹ ਕਿੱਥੇ ਤੋਂ ਆ ਗਿਆ ਇਹ ਕਨਸੈਪਟ ਕਿੱਥੇ ਤੋਂ ਆ ਗਿਆ ਉਹ ਚੀਜ਼ ਨਹੀਂ ਹੁੰਦੀ ਹੈਗੀ ਇਹ ਕਰਨਾ ਕਿ ਹੁਣ ਆਪਣਾ 31 ਦਸੰਬਰ ਤੱਕ ਟਾਰਗੇਟ ਲੈ ਕੇ ਚੱਲੋ ਕਿ ਆਪਣੀ ਥਿਊਰੀ ਤੁਸੀਂ ਕੰਪਲੀਟ ਕਰਨੀ ਹੈ ਕਿਸੇ ਵੀ ਤਰੀਕੇ ਨਾਲ ਨਾਲ ਕੁਸ਼ਚਨ ਪ੍ਰੈਕਟਿਸ ਜ਼ਰੂਰ ਕਰਨੀ ਹੈ ਐਸਾ ਨਹੀਂ ਕਿ ਲਾ ਥਿਊਰੀ ਥਿਊਰੀ ਪੜੀ ਜਾਓ ਕਨਸੈਪਟ ਨਹੀਂ ਬਣੇਗਾ ਕੁਸ਼ਚਨ ਬਸ ਇਹ ਕਿ ਕੁਸ਼ਚਨਸ ਕੰਪੈਰੀਟਿਵਲੀ ਕੱਟ ਲਗਾ ਲੈਣਾ ਜਿਸ ਤਰੀਕੇ ਨਾਲ ਤੁਸੀਂ ਡਿਟੇਲ ਚ ਪਹਿਲਾਂ ਕਰ ਰਹੇ ਸੀਗੇ ਜਾਂ ਜਿਸ ਡਿਟੇਲ ਚ ਆਪਾਂ ਕਰ ਰਹੇ ਸੀਗੇ ਉੰਨੀ ਜ਼ਿਆਦਾ ਡਿਟੇਲਿੰਗ ਚ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੋਏਗਾ ਆਪਾਂ ਬਿਲਕੁਲ ਚੀਜ਼ਾਂ ਨੂੰ ਬਹੁਤ ਪੁਆਇੰਟ ਆਫ View ਨਾਲ ਪੜ੍ਹेंगे ਬਿਲਕੁਲ ਐਗਜ਼ਾਮ ਪੁਆਇੰਟ ਆਫ View ਨਾਲ ਕਰਾਂਗੇ ਤੇ ਥੋ ਜਿਸਨੇ ਜਿਹਦਾ ਪ੍ਰੇਪਰੇਸ਼ਨ ਜਿਆਦਾ ਕਲੋਜ਼ ਹੈ ਮਤਲਬ ਜੀਦਾ ਥਿਊਰੀ ਕੰਪਲੀਟ ਹੋਣ ਵਾਲਾ ਆਬਵੀਅਸਲੀ 31 ਦਸੰਬਰ ਤੋਂ ਪਹਿਲਾਂ ਹੀ ਕੰਪਲੀਟ ਕਰ ਲੇਗਾ ਆਪਣੀ ਫਿਰ ਰੈਡੀਕਲ ਪਾਰਟ ਨੂੰ ਆਦਰਵਾਇਜ਼ ਮੈਕਸਿਮ 31 ਦਸੰਬਰ ਤੱਕ ਤੁਸੀਂ ਇਸ ਨੂੰ ਕੰਪਲੀਟ ਕਰੋ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਜਿਹੜੇ ਤੁਹਾਡੇ ਕੋਲ 18 19 ਦਿਨ ਬਚेंगे ਉਸ ਦੇ ਵਿੱਚ ਤੁਸੀਂ ਸਿਰਫ ਔਰ ਸਿਰਫ ਇੱਕ ਚੀਜ਼ ਕਰਨੀ ਹੈ ਉਹ ਹੈ ਤੁਸੀਂ ਕੁਐਸਚਨਸ ਪ੍ਰੈਕਟਿਸ ਕਵੈਸਚਨਸ ਪ੍ਰੈਕਟਿਸ ਕਰਨੀ ਹੈ ਤੇ ਮੈਂ ਤੁਹਾਨੂੰ ਜਦੋਂ ਵੀ ਕਵੈਸਚਨ ਪ੍ਰੈਕਟਿਸ ਤੁਸੀਂ ਕਰਦੇ ਹੋ ਮੈਂ ਤੁਹਾਨੂੰ ਇੱਕ ਬੜਾ ਸਿੰਪਲ ਜਿਹਾ ਫੰਡਾ ਦਿੰਨਾ ਕਿ ਇੱਕ ਤੁਸੀਂ ਨਾਲ ਨੋਟਬੁੱਕ ਜ਼ਰੂਰ ਰੱਖਣੀ ਹੈ ਕਿਉਂਕਿ ਬਹੁਤ ਸਾਰੇ ਕਵੈਸਚਨ ਸਪੈਸ਼ਲੀ ਫॉर ਦਾ ਜੇਈ ਐਗਜ਼ਾਮ ਕੁਝ ਐਸੇ ਆਉਂਦੇ ਹਨ ਜਿਹੜੇ ਜਿਹੜੇ ਯਾਦ ਰੱਖਣ ਵਾਲੇ ਹੁੰਦੇ ਹਨ ਡਾਟਾ ਵਾਲੇ ਹੁੰਦੇ ਉਸ ਨੂੰ ਇੱਕ ਲਾਈਨਰ ਕਿਵੇਂ ਕੋਈ ਕਵੈਸਚਨ ਆ ਗਿਆ ਉਸੇ ਡਾਟਾ ਕਿ ਇਸ ਕੇਸਿਸ ਦੀ ਕੀ ਵੈਲਿਊ ਹੁੰਦੀ ਹੈ ਉਸ ਨੂੰ ਨੋਟ ਕਰ ਲਓ ਮੇਬੀ ਸ਼ਾਇਦ ਉਹ ਕਲਾਸਿਸ 'ਚ ਕਵਰ ਨਹੀਂ ਹੁੰਦੀਆਂ ਗਿਆ ਕੁਝ ਡਾਟਾ ਬੇਸ ਕੁਝ ਫੈਕਚੁਅਲ ਕਵੈਸਚਨ ਕੁਝ ਇਸ ਤਰੀਕੇ ਦੇ ਹੁੰਦੇ ਇਹ ਬੜੀ ਸਿੰਪਲ ਜਿਹਾ ਆਪਣਾ ਹੀ ਕੰਮ ਕਰਨਾ ਹੈ ਹੁਣ ਮੈਨੂੰ ਇੱਕ ਜਿਹੜੀ ਡਿਮਾਂਡ ਆ ਰਹੀ ਸੀ ਕੱਲ ਤੋਂ ਕਾਫੀ ਬੱਚਿਆਂ ਦਾ ਉਹ ਇਹ ਸੀਗਾ ਸਰ ਹੁਣ ਕਰੀਏ ਕੀਆ ਥਿਊਰੀ ਕਰੀਏ ਕੁਐਸਚਨ ਕਰੀਏ ਆਈ ਥਿੰਕ ਮੈਂ ਤੁਹਾਨੂੰ ਉਸ ਆਨਸਰ ਦੇ ਰਿਹਾ ਕਿ ਪਹਿਲਾਂ ਤੁਹਾਨੂੰ ਇੱਕ ਵਾਰ ਤਾਂ ਥਿਊਰੀ ਕੰਪਲੀਟ ਕਰਨੀ ਹੀ ਹੈ ਨੋਨ ਟੈਕਨੀਕਲ ਨੂੰ ਨਹੀਂ ਲੀਵ ਕਰਨਾ ਹੈ ਨੋਨ ਟੈਕਨੀਕਲ ਸਕੋਰਿੰਗ ਹੁੰਦਾ ਹੈ 40 ਨੰਬਰ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ 40 ਨੰਬਰ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਉਸ ਨੂੰ ਤੁਸੀਂ ਪੱਕਾ ਕਰਕੇ ਚੱਲਣਾ ਹੈ ਔਰ ਉਸ ਦੇ ਤੁਸੀਂ ਇਹ ਲੈ ਕੇ ਚੱਲਣਾ ਕਿ ਤੁਸੀਂ ਘੱਟੋ-ਘੱਟ ਉਸ ਦੇ ਵਿੱਚ 30 35 ਮਾਰਕਸ ਘ ਮ ਇੱਕ ਐਗਜ਼ਾਮਪਲ ਦੇ ਰਿਹਾ ਹੁਣ ਜੇ ਕੇ ਐਸ ਐਸ ਬੀ ਜਿਹਦਾ ਜਿਹੜਾ ਸਿਵਲ ਐਗਜ਼ਾਮ ਹੋ ਕੇ ਅਟੇ ਸੀਗਾ ਆਈ ਥਿੰਕ 19 ਤੋਂ ਨਵੰਬਰ ਦੇ ਵਿੱਚ ਡੇਟ ਮੈਨੂੰ ਐਗਜ਼ੈਕਟ ਨਹੀਂ ਤੇ ਆਨੇਗੀ ਉਸ ਦੇ ਵਿੱਚ ਹੁਣ ਜਿਹੜੇ ਕੱਲ ਇਹਨਾਂ ਨੇ ਮਾਰਕਸ ਕੱਢਤੇ ਨੇ ਲਿਸਟ ਤਾਂ ਮੇਰੇ ਖਿਆਲ ਚ ਜਿਹੜੀ ਜਨਰਲ ਦੀ ਕੱਟਆਫ ਹੈ ਜੋ ਅਸੀਂ ਐਕਸਪੈਕਟ ਕੀਤਾ ਸੀਗਾ ਕਿ ਨੀਅਰ ਬਾਏ 70 778 ਦੇ ਆਸ-ਪਾਸ ਜਨਰਲ ਕੈਟਾਗਰੀ ਪਲੱਸ ਮਾਈਨਸ 5 ਤਾਂ ਮੇਰੇ ਖਿਆਲ 78 ਤੋਂ 80 ਦੇ ਆਸ-ਪਾਸ ਜਿਹੜਾ ਹੈ ਜਨਰਲ ਦਾ ਕੱਟਆਫ ਉਸ ਦੇ ਵਿੱਚ ਜਾ ਸਕਦਾ ਹੈ ਲੇਕਿਨ ਉਹਨਾਂ ਨੂੰ ਨਾਨ ਟੈਕਨੀਕਲ ਨਹੀਂ ਹੁੰਦਾ ਤੁਹਾਡੇ ਕੋਲ ਐਡਵਾਂਟੇਜ ਹੈ ਕਿ ਨਾਨ ਟੈਕਨੀਕਲ ਤੁਹਾਡੇ ਲਈ ਬਹੁਤ ਸਕੋਰਿੰਗ ਹੁੰਦਾ ਹੈ 40 ਨੰਬਰ ਦਾ ਮੈਂ ਇੱਕ ਡੈਡੀਕੇਟਿਡ ਲੱਗ ਦੋ ਮੋਡਿਊਲ ਵੀ ਬਣਾਇਆ ਗਿਆ ਤੁਸੀਂ ਉਹ ਵੀ ਲੈ ਸਕਦੇ ਹੋ ਜਿਹੜੇ ਨਹੀਂ ਆਪਣੇ ਨਾਲ ਜੁੜੇ ਹੋਏ ਜਾਂ ਇਕੱਲਾ ਨਾਨ ਟੈਕ ਕਰਨਾ ਚਾਹੁੰਦੇ ਹੋ ਤਾਂ 40 ਨੰਬਰ ਵਾਲਾ ਉਸ ਨੂੰ ਬਹੁਤ ਸੀਰੀਅਸ ਲੈਣਾ ਹੈ 40 ਨੰਬਰ ਨੂੰ ਕਿਉਂਕਿ ਉਹ ਸਕੋਰਿੰਗ ਹੁੰਦਾ ਹੈ ਪੰਜਾਬੀ ਪੰਜਾਬ ਜੀ ਕੇ ਕੁਆਂਟ ਰੀਜ਼ਨਿੰਗ ਮਤਲਬ ਉਸ ਦੇ ਵਿੱਚ ਕੋਈ ਵੀ ਪਾਰਟ ਐਸਾ ਨਹੀਂ ਹੈ ਜਿਹੜਾ ਤੁਸੀਂ ਕੁਝ ਵੀ ਨਵਾਂ ਕਰਨਾ ਹੈ ਸਾਰਾ ਦਾ ਸਾਰਾ ਤੁਸੀਂ ਪਹਿਲਾਂ ਚੀਜ਼ਾਂ ਪੜ੍ਹੀ ਹੋਈਆਂ ਤੁਸੀਂ ਬਸ ਉਸ ਨੂੰ ਰਿਵਾਈਜ਼ ਕਰਨਾ ਰਿਕਾਲ ਕਰਨਾ ਹੈ ਸਿਰ ਕੁਆਂਟ ਰੀਜ਼ਨਿੰਗ ਐਸਾ ਪਾਰਟ ਹੈ ਜਿੱਥੇ ਤੁਹਾਨੂੰ ਪ੍ਰੈਕਟਿਸ ਦੀ ਰਿਕੁਆਇਰਮੈਂਟ ਹੈ ਅਸੀਂ ਬਾਕੀ ਸਾਰਾ ਸਿਰ ਤੁਸੀਂ ਪੜ੍ਹਨਾ ਹੀ ਪੜ੍ਹਨਾ ਹੈ ਉਸ ਤੋਂ ਬਾਅਦ ਕਾਫੀ ਸਟੂਡੈਂਟਸ ਦਾ ਡਿਮਾਂਡ ਆ ਰਿਹਾ ਸੀਗਾ ਸਰ ਕੁਐਸਚਨਸ ਪ੍ਰੈਕਟਿਸ ਕਰਨੀਆਂ ਹੁਣ ਅਸੀਂ ਕਿਉਂਕਿ ਸਾਡਾ ਸਿਲੇਬਸ ਕੰਪਲੀਟ ਹੋ ਚੁੱਕਿਆ ਹੈ ਜਾਂ ਤੁਸੀਂ ਕੁਝ ਕਰ ਰਹੇ ਹੋ ਨਹੀਂ ਕਰ ਰਹੇ ਹੈ ਸਰ ਅਸੀਂ ਹੁਣ ਕੁਐਸਚਨ ਪ੍ਰੈਕਟਿਸ ਹੀ ਕਰਨਾ ਹੈ ਬਹੁਤ ਬੱਚੇ ਬੋਲ ਰਹੇ ਇਸ ਤਰ੍ਹਾਂ ਅਸੀਂ ਥਿਊਰੀ ਨਹੀਂ ਕਰਨੀ ਹੁ ਸਿਰਫ ਕੁਐਸਚਨ ਪ੍ਰੈਕਟਿਸ ਹੈ ਕਿਉਂਕਿ ਲਾਸਟ ਦੇ ਜਿਹੜੇ 35 40 ਦਿਨ 45 ਦਿਨ ਬਚਿਆ ਸਿਰਫ ਕੁਐਸਚਨ ਪ੍ਰੈਕਟਿਸ ਕਰਨੀ ਹੈ ਹੁਣ ਮੈਂ ਤੁਹਾਡੇ ਤੋਂ ਇੱਕ ਇੱਕ ਕੁਐਸਚਨ ਪੁੱਛ ਰਿਹਾ ਕਿ ਤੁਹਾਡੇ ਵਿੱਚੋਂ ਜਿਹੜਾ ਵੀ ਪਰਸਨ ਜਿਹੜਾ ਹੈ ਚੰਗਾ ਹੈ ਇਸ ਮੋਡਿਊਲ ਨੂੰ ਲਾਂਚ ਕਰਨਾ ਮਾਈਕਰੋ ਮੋਡਿਊ ਉਸ ਦੇ ਵਿੱਚ ਕੀ-ਕੀ ਰਹੇਗਾ ਤੁਹਾਡਾ ਟੈਸਟ ਸੀਰੀਜ਼ ਰਹੇਗਾ ਪ੍ਰੈਕਟਿਸ ਕੁਐਸ਼ਨਸ ਰਹੇਗਾ ਮੈਂ ਟਰਾਈ ਕਰਾਂਗਾ ਉਸ ਦੇ ਵਿੱਚ ਮੈਂ ਨਾਨ ਟੈਕਨੀਕਲ ਤੁਹਾਨੂੰ ਐਡ ਕਰਦਾ ਪਰ ਮੈਂ ਕਮਿਟ ਨਹੀਂ ਕਰ ਰਿਹਾ ਤੇ ਲਾਈਵ ਕਲਾਸਾਂ ਕਰਾਂਗੇ ਜਿਸ ਦੇ ਵਿੱਚ ਆਪਾਂ ਕੁਐਸ਼ਨ ਪ੍ਰੈਕਟਿਸ ਕਰਾਂਗੇ ਹਰ ਸਬਜੈਕਟ ਦੇ ਤਕਰੀਬਨ ਤਕਰੀਬਨ 150 200 150 200 ਕੁਐਸ਼ਨ ਪ੍ਰੈਕਟਿਸ ਕਰਾਂਗੇ ਈ-ਬੁੱਕ ਦੇ ਵਿੱਚ 4000 ਕੁਐਸ਼ਨ ਹੈ ਦੋਟਾ ਹੀ 1000 ਕੁਐਸਚਨ ਮੈਂ ਤੁਹਾਨੂੰ ਟੈਸਟ ਸੀਰੀਜ਼ ਚ ਦੇ ਦਾਂਗਾ 2000 ਪਲੱਸ ਕੁਐਸਚਨ ਤੁਹਾਡੂ ਜਿਹੜੀ ਵੀਡੀਓ ਐਕਸਪਲੇਨੇਸ਼ਨ ਸੀਰੀਜ਼ ਹੈ ਮਤਲਬ 10000 ਪਲੱਸ ਕੁਐਸਚਨਸ ਆ ਤੁਹਾਡੇ ਕੋਲ ਕੁਐਸਚਨ ਬੈਂਕ ਆ ਜਾਣਾ ਵਿਦ ਡਿਟੇਲ ਐਕਸਪਲੇਨੇਸ਼ਨ ਚਾਹੇ ਵੀਡੀਓ ਦੀ ਫਾਰਮ ਚ ਹੋਵੇ ਚਾਹੇ ਤੁਹਾਡੀ ਉਹ ਪੀਡੀਐਫ ਦੀ ਫਾਰਮ ਦੇ ਵਿੱਚ ਹੋ ਤਾਂ ਇਹ ਹੀ ਕਿ ਮੋਡਿਊਲ ਹੈ ਜਿਹੜਾ ਨਾਰਮਲੀ ਅਸੀਂ ਲਾਂਚ ਕਰਦੇ ਹਾਂ ਜਦੋਂ ਐਗਜ਼ਾਮ ਡੇਟ ਆਉਂਦਾ ਹੁੰਦਾ ਹੈ ਜੇ ਕਿ ਲਈ ਕੀਤਾ ਸੀ ਪੰਜਾਬ ਦੇ ਸਟੂਡੈਂਟਸ ਵੀ ਮੈਨੂੰ ਕਾਫੀ ਬੁੱਲ ਰਹੇ ਨੇ ਤੇ ਜਿਹੜੇ ਵੀ ਇਸ ਮੋਡਿਊਲ ਨੂੰ ਚਾਹੁੰਦੇ ਆ ਤਾਂ ਉਸ ਨੂੰ ਮੈਨੂੰ ਚਾਹੇ ਆਪਾਂ ਉਸ ਨੂੰ ਕਵਰ ਕਰ ਲਾਂਗੇ ਉਸ ਦੇ ਅੰਦਰ ਆਪਾਂ ਪ੍ਰੀਵੀਅਸ ਈਅਰ ਸਾਰੇ ਸੋਲਵ ਕਰ ਲਾਂਗੇ ਪੀਪੀਐਸਸੀ ਐਸਡੀਓ ਦੇ ਵੀ ਪੀਪੀਐਸਸੀ ਜੇਈ ਦੇ ਵੀ ਸਾਰੇ ਕੋ ਸੋਲਵ ਕਰ ਲਾਂਗੇ ਜਿੰਨੇ ਵੀ ਆਪਣੇ ਕੋਲ 10 15 20 ਪੇਪਰ ਹੋ ਸਾਰੇ ਦੇ ਸਾਰੇ ਆਪਾਂ ਉਸ ਦੇ ਵਿੱਚ ਕਵਰ ਕਰ ਲਾਂਗੇ ਤੇ ਨਾਲ ਅਲੱਗ ਤੋਂ ਵੀ ਕੁਐਸਚਨ ਪ੍ਰੈਕਟਿਸ ਉਸ ਦੇ ਵਿੱਚ ਰਹੇਗਾ ਤਾਂ ਜਿਨ੍ਹਾਂ ਦੇ ਵੀ ਇਹਨਾਂ ਵੱਲੋਂ ਰਿਕੁਆਇਰਮੈਂਟ ਹੈ ਤਾਂ ਕਮੈਂਟ ਕਰ ਦਿਓ ਜਾਂ ਮੈਨੂੰ ਕਾਲ ਕਰ ਦਿਓ ਜਾਂ ਮੈਨੂੰ ਮੈਸੇਜ ਡ੍ਰੌਪ ਕਰ ਦਿਓ ਇਹ ਸਰ ਫਿਰ ਮੈਂ ਦੇਖਦਾ ਲੌਂਚ ਤਾਂ ਮੇ ਕਰਨਾ ਹੈ ਮੋਡਿਊਲ بس ਮੈਂ ਇਹ ਦੇਖਣਾ ਕਿ ਹੁਣ ਕਰਾਂ ਜਾਂ ਹਫਤੇ ਬਾਅਦ ਕਰਾਂ ਜਾਂ 10 ਦਿਨ ਬਾਅਦ ਕਰਾਂ ਕਿਉਂਕਿ ਇਹ ਤਾਂ ਇੱਕ ਇਹ ਜੀ ਚੀਜ਼ ਹੈ ਜਿਹੜੀ ਰਿਕੁਆਇਰਮੈਂਟ ਹੈ ਮਸਟ ਹੈ ਲਾਸਟ ਦੇ ਦਿਨਾਂ ਦੇ ਵਿੱਚ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਫੁੱਲ ਮੋਡਿਊਲ ਜਿੰਨਾ ਲਿੱਤਾ ਉਹਨਾਂ ਲਈ ਇਹ ਕੰਪਲੀਮੈਂਟਰੀ ਪਾਰਟ ਹੈ ਉਹਨਾਂ ਨੂੰ ਫ੍ਰੀ ਰਹੇਗਾ ਉਹਨਾਂ ਨੂੰ ਕੋਈ ਅਲੱਗ ਤੋਂ ਪੇ ਕਰਨ ਦੀ ਰਿਕੁਆਇਰਮੈਂਟ ਹੈ ਇਹ ਨਹੀਂ ਹੈ ਜਿਹੜੇ ਨਹੀਂ ਜੁੜੇ ਹੋਏ ਆਪਣੇ ਨਾਲ ਜਿਹੜੇ ਇਹ ਮੋਡਿਊਲ ਕੱਲਾ ਲੈਣਾ ਚਾਹੁੰਦੇ ਆ ਉਹ ਇਸ ਮੋਡਿਊਲ ਦੇ ਥਰੂ ਜੁੜ ਕੇ ਆਪਣਾ ਕੁਐਸਚਨ ਪ੍ਰੈਕਟਿਸ ਕਰ ਸਕਦੇ ਆ ਰਾਈਟ ਤਾਂ ਸਟ੍ਰੈਟਜੀ ਬੜੀ ਸਿੰ ਕਮਾਂਡ ਕਰਨੀ ਹੈ ਸੋਚਣੇ ਕਿ ਅਗਲੇ 40 45 ਦਿਨੋਂ ਕੀਵੇਂ ਯੂਟਿਲਾਈਜ਼ ਕਰਨਾ ਹੈ ਮੈਂ ਕੁਝ ਨਹੀਂ ਬੋਲਾਂਗਾ ਕਿ ਕੀਵੇਂ ਕਰੋ ਆਲਦੋ ਮੈਂ ਜਨਰਲ ਦੱਸ ਦਿਆ ਕਿ ਇਸ ਤਾਰੀਖ ਤੱਕ ਕਿੰਨਾ ਕਰੋ ਉਸ ਤਾਰੀਖ ਤੱਕ ਕਿੰਨਾ ਕਰੋ ਲੇਕਿਨ ਹਰ ਪਰਸਨ ਦਾ ਆਪਣਾ ਆਪਣਾ ਇੱਕ professions ਦਾ ਇੱਕ ਸਟੇਜ ਹੈ ਇੱਕ professions ਦੇ ਲੈਵਲ ਤੱਕ ਪਹੁੰਚਿਆ ਹੋਇਆ ਤਾਂ ਉਸੇ ਤੁਸੀਂ ਖੁਦ ਕਰੋ ਮੇਰੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਟਰਾਈ ਮੈਂ ਕਰਾਂਗਾ ਕਿ ਜੇ ਇੱਕ ਲਾਈਵ ਸੈਸ਼ਨ ਵੀ ਕਰ ਲ लेंगे ਜਿੱਥੇ ਤੁਹਾਡੇ ਜਿੰਨੇ ਵੀ ਡਾਊਟ ਹੋਣਗੇ ਆਪਾਂ ਉੱਥੇ ਕਲੀਅਰ ਕਰ ਲ लेंगे ਔਰ ਪਰ ਵੀ ਕੁਝ ਡਿਸਕਸ ਕਰਨਾ ਹੋਵੇਗਾ ਕਰ ਲ लेंगे ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਲਾਈਵ ਸੈਸ਼ਨ ਵੀ ਕੱਦੇ ਦਿਨ ਚ ਮੇਬੀ ਸੰਡੇ ਦਾ ਕਾਪਾ ਸ਼ਡਿਊਲ ਕਰਦੇ ਤੇ ਉੱਥੇ ਤੁਹਾਡੇ ਸਾਰੇ ਡਾਊਟ ਆਪਾਂ ਕਲੀਅਰ ਵੀ ਕਰ ਲਵਾਂਗੇ ਤੇ ਇਸ ਮੋਡਿਊਲ ਦੇ ਬਾਰੇ ਮੈਨੂੰ ਦੱਸੋ ਕਿ ਤੁਹਾਡੀ ਰਿਕੁਆਇਰਮੈਂਟ ਹੈ ਜਾਂ ਨਹੀਂ ਹੈ ਹੁਣੀ ਇਮੀਡੀਏਟਲੀ ਕਰੀਏ ਜਾਂ ਥੋੜਾ ਟਾਈਮ ਰੁੱਕ ਕੇ ਕਰੀਏ ਉਹ ਤੁਸੀਂ ਮੈਨੂੰ ਦੱਸ ਦੇਣਾ ਕਿਉਂਕਿ ਉਸਲੀ ਆਪਾਂ ਨੂੰ 30 ਦਿਨ 35 ਦਿਨ ਚਾਹੀਦੇ ਹੁੰਦੇ ਆ ਕਿਉਂਕਿ ਅਗਰ ਇੱਕ ਦਿਨ ਦੇ ਵਿੱਚ ਰਫਲੀ ਪੰਜਾਬ ਕੁਐਸਚਨ ਅਗਰ ਸੋਲਵ ਕਰਨੇ ਆ ਤਾਂ 1500 2000 ਅਗਰ ਕੁਐਸਚਨ ਸੋਲਵ ਕਰਨੇ ਆ ਤਾਂ ਆਪਾਂ ਨੂੰ ਉਸ ਲੈਵਲ ਤ ਟਾਰਗੇਟ ਹੁਣ ਤੁਹਾਨੂੰ ਮਿਲ ਗਿਆ ਡੇਟ ਤੁਹਾਨੂੰ ਮਿਲ ਗਿਆ ਹੁਣ ਉਸ ਦੇ ਅਕੋਰਡਿੰਗਲੀ ਪਲਾਨ ਕਰਨਾ ਸਟਾਰਟ ਕਰੋ ਆਦਰਵਾਇਜ਼ ਓਪਨ ਸੀਗੀਆਂ ਗੱਲਾਂ ਸਰ ਕਦੋਂ ਹੋ ਰਿਹਾ ਪੇਪਰ ਫਰਵਰੀ ਮਾਰਚ ਅਪ੍ਰੈਲ ਪਤਾ ਨਹੀਂ ਸੀਗਾ ਇਸ ਕਰਕੇ ਆਪਾਂ ਸ਼ਾਇਦ ਸੀਰੀਅਸ ਵੀ ਨਹੀਂ ਸੀਗੇ ਉਹਨne ਲੇਕਿਨ ਹੁਣ ਐਗਜ਼ਾਮ ਡੇਟ ਆ ਗਈ ਹੈ ਹੁਣ ਸੀਰੀਅਸ ਹੋ ਜਾਓ ਔਰ ਆਪਣਾ ਕੰਮਰ ਕੱਸ ਲੋ ਔਰ ਮਿਹਨਤ ਕਰਨਾ ਸਟਾਰਟ ਕਰ ਦੋ ਜਿਹੜੇ ਵਰਕਿੰਗ ਹੈ ਮੈਂ ਉਹਨਾਂ ਨੂੰ ਸਜੈਸਟ ਕਰੂੰਗਾ ਜਿੰਨਾ ਹੋ ਸਕੇ ਐਗਜ਼ਾਮ ਤੋਂ ਪਹਿਲਾਂ ਆਫਲਾਈਨ ਦਾ ਟਰਾਈ ਕਰਨਾ ਬਿਲਕੁਲ ਟੋਟਲੀ ਆਪਣਾ ਡੈਡੀਕੇਟਡ ਦੇ ਦਿਓ 10 12 15 ਘੰਟੇ 16 ਘੰਟੇ ਲਗਾਓ ਯ ਔਰ ਅੱਛਾ ਤੁਸੀਂ ਮਾਰਕਸ ਸਕੋਰ ਕਰ ਸਕਦੇ ਹੋ ਘਬਰਾਣਾ ਨਹੀਂ ਹੈ ਮੇਰੇ ਵੀ ਬੈਸਟ ਸਪੀਸ਼ੀਸ ਤੁਹਾਡੇ ਨਾਲ ਹੈ ਤੇ ਕੋਈ ਵੀ ਤੁਸੀਂ ਸਟਿਲ ਮੇਰੇ ਨਾਲ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਤੁਸੀਂ ਮੈਨੂੰ ਕੋਲ ਕਰਕੇ ਪੁੱਛ ਸਕਦੇ ਹੋ ਰਾਈਟ ਥੈਂਕ ਯੂ ਐਂਡ 올 ది ਬੈਸਟ